ਮਨਪ੍ਰੀਤ ਜੀ ਪੰਜਾਬ ਦੇ ਵਿੱਚ ਮਿਨਿਸਟਰੀਆਂ ਦੇ ਮੁਲਾਜ਼ਮ ਹੜਤਾਲਤੇ ਨੇ ਜਿਹਦੇ ਕਰਕੇ ਅਸੀਂ ਕੱਲ੍ਹ ਗੱਲ ਕਰ ਰਹੇ ਸੀ ਕਿ ਲੱਖਾਂ ਜਿਹੜੇ ਪੰਜਾਬੀ ਮੁਲਾਜ਼ਮ ਨੇ ਉਹਨਾਂ ਦੀਆਂ ਪੈਨਸ਼ਨਾਂ ਰੁਕੀਆਂ ਹੋਈਆਂ ਨੇ ਜਿਹੜੇ ਸਾਬਕਾ ਮੁਲਾਜ਼ਮ ਤੇ ਉਹਦੇ ਕਰਕੇ ਹੁਣ ਅੱਜ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਹੈ ਦੇਖੋ ਕਈ EMPLOYEES ਗਏ ਹੋਏ ਨੇ ਆਲਰੇਡੀ ਉਹਨਾਂ ਨੇ ਦਰਵਾਜ਼ਾ ਖੜਕਾਇਆ ਹੋਇਆ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਤਾਂ ਕਿ ਉਹਨਾਂ ਨੂੰ ਇਨਸਾਫ ਮਿਲੇ ਉਹਨਾਂ ਦੀਆਂ ਪੈਨਸ਼ਨਸ ਜਿਹੜੀਆਂ ਨੇ ਜਾਂ ਹੋਰ ਬੈਨੀਫਿਟਸ ਆ ਉਹ ਨਾ ਰੋਕੇ ਜਾਣ ਇੱਕ ਪਾਸੇ ਤਾਂ ਸਰਕਾਰੀ ਮੁਲਾਜ਼ਮ ਨੇ ਜਿਨ੍ਹਾਂ ਨੂੰ ਇਹ ਬੈਨੀਫਿਟਸ ਨਹੀਂ ਮਿਲਨੇ ਬਲਕਿ ਇੱਕ ਕੇਸ ਦੇ ਵਿੱਚ ਤਾਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ 50000 ਰੁਪਏ ਦੀ ਕਾਸਟ ਵੀ ਪਾਤੀ ਇਸੇ ਸਰਕਾਰ ਨੂੰ ਕਿ ਤੁਸੀਂ ਇਸ ਮੌਕੇ ਤੇ ਜਾਂ ਸਮੇਂ ਸਿਰ ਇਹ ਬੈਨੀਫਿਟਸ ਰਿਲੀਜ਼ ਨਹੀਂ ਕਰਦੇ ਦੂਸਰੇ ਪਾਸੇ ਉਹ ਵੀ ਗੱਲ ਆ ਕਿ ਜਿਹੜੇ ਇਸ ਟਾਈਮ ਮਿਨਿਸਟਰੀਅਲ ਸਟਾਫ ਆ ਉਹ ਹੜਤਾਲ ਤੇ ਗਿਆ ਹੋਇਆ ਆਪਾਂ ਬੀਤੇ ਕੱਲ ਵੀ ਗੱਲ ਕੀਤੀ ਸੀ ਔਰ 8 ਨਵੰਬਰ ਤੋਂ ਇੱਕ ਮਹੀਨੇ ਤੋਂ ਵੀ ਵੱਧ ਦਾ ਸਮਾਂ ਹੋ ਗਿਆ ਉਸ ਨੂੰ ਹੱਲ ਨਹੀਂ ਕੀਤਾ ਜਾ ਰਿਹਾ ਉਸ ਕਰਕੇ ਜਿਹੜੀਆਂ ਸੋਸ਼ਲ ਸਕਿਉਰਿਟੀ ਦੇ ਅਧੀਨ ਕਈ ਤਰ੍ਹਾਂ ਦੀਆਂ ਪੈਨਸ਼ਨਾਂ ਆਉਂਦੀਆਂ ਨੇ ਬੁਢਾਪਾ ਪੈਨਸ਼ਨ ਆ ਜਾਂ ਹੋਰ ਤਰ੍ਹਾਂ ਦੀਆਂ ਪੈਨਸ਼ਨਾਂ ਆ ਜਾਂ ਵਿਡੋ ਪੈਨਸ਼ਨਸ ਆ ਉਹ ਪੈਨਸ਼ਨਸ ਨਹੀਂ ਉਹਨਾਂ ਨੂੰ ਮਿਲ ਰਹੀਆਂ ਬੀਤੇ ਕੱਲ ਬਲਕਿ ਬਠਿੰਡਾ ਦੇ ਵਿੱਚ ਇੱਕ ਧਰਨਾ ਪ੍ਰਦਰਸ਼ਨ ਵੀ ਹੋਇਆ ਹੁਣ ਜਿਹੜੇ ਪੈਨਸ਼ਨਰਸ ਨੇ ਜਿਨ੍ਹਾਂ ਨੂੰ ਇਹ ਪੈਸੇ ਨਹੀਂ ਮਿਲ ਰਹੇ ਜਦੋਂ ਉਹ ਵਾਰ-ਵਾਰ ਬੈਂਕਾਂ ਦੇ ਚੱਕਰ ਲਾਉਂਦੇ ਆ ਤੇ ਉੱਥੇ ਜਾ ਕੇ ਪਤਾ ਲੱਗਦਾ ਕਿ ਸਰਕਾਰ ਨੇ ਤਾਂ ਹਜੇ ਪੈਸੇ ਪਾਏ ਹੀ ਨਹੀਂ ਹੂੰ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਦੇਖਦੇ ਹੋਏ ਦਿੱਕਤਾਂ ਦਾ ਸਾਹਮਣਾ ਕਰਦੇ ਹੋਏ ਸਰਕਾਰ ਦੇ ਖਿਲਾਫ ਧਰਨੇ ਪ੍ਰਦਰਸ਼ਨ ਵੀ ਹੋ ਰਹੇ ਆ ਤੇ ਲੋਕ ਇਹਨੂੰ ਕਾਨੂੰਨੀ ਢੰਗ ਦੇ ਨਾਲ ਉਸ ਦੀ ਵੀ ਲੜਾਈ ਲੜ ਰਹੇ ਆ ਇਸੇ ਕਰਕੇ ਉਹਨਾਂ ਨੂੰ ਕਾਨੂੰਨ ਦਾ ਜਾਂ ਕੋਰਟ ਦਾ ਦਰਵਾਜ਼ਾ ਖੜਕਾਉਣਾ ਪੈਂਦਾ ਹੂੰ ਹੂੰ ਜੀਵਾਸੂ ਜੀ ਤੇ ਮਨਪ੍ਰੀਤ ਜੀ ਬੋਨਿਆ ਜਨਾਲਾ ਫਿਰ ਆਖਰਕਾਰ ਐਸਆਈਟੀ ਦੇ ਸਾਹਮਣੇ ਪੇਸ਼ ਹੋ ਗਏ ਬਿਲਕੁਲ ਦੇਖੋ ਭਾਰਤੀ ਜਨਤਾ ਪਾਰਟੀ ਦੇ ਲੀਡਰ ਇਹਨਾਂ ਨੂੰ ਕਵਾਂਗੇ ਹੁਣ ਕਿਉਂਕਿ ਇਹਨਾਂ ਨੇ ਬੀਜੇਪੀ ਜੁਆਇਨ ਕਰ ਲਈ ਸੀ ਲੰਮਾ ਸਮਾਂ ਤਾਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੀ ਰਹੇ ਆ ਔਰ ਇਸ ਦੌਰਾਨ ਜਦੋਂ ਇਹ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਵੀ ਸੀ ਅਮਰਪਾਲ ਸਿੰਘ ਬੋਨੀ ਜਾਂ ਬੋਨੀ ਅਜਨਾਲਾ ਇਹ ਲਗਾਤਾਰ ਕਹਿੰਦੇ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਜਿਸ ਤਰ੍ਹਾਂ ਦੇ ਕਥਿਤ ਤੌਰ ਤੇ ਤਸ਼ਕਰਾਂ ਦੇ ਨਾਲ ਜਾਂ ਨਸ਼ਿਆਂ ਦੇ ਨਾਲ ਇਸ ਤਰ੍ਹਾਂ ਦੇ ਜੋ ਵੀ ਉਹਨਾਂ ਤੇ ਇਲਜ਼ਾਮ ਲੱਗੇ ਨੇ ਪਿਛਲੇ ਦਿਨਾਂ ਦੇ ਵਿੱਚ ਬਾਅਦ ਦੇ ਵਿੱਚ ਉਹਨਾਂ ਤੇ ਕੇਸ ਵੀ ਦਰਜ ਹੁੰਦਾ ਮੇਰੇ ਕੋਲ ਇਸ ਦੇ ਸਬੂਤ ਆ ਇੱਕ ਵਾਰੀ ਬਲਕਿ ਗੱਲ ਹੋ ਰਹੀ ਸੀ ਮੇਰੀ ਵਾਸੂ ਜੀ ਇਹਨਾਂ ਦੇ ਨਾਲ ਅਮਰਪਾਲ ਸਿੰਘ ਬੋਨੀ ਨਾਲ ਤੇ ਇਹਨਾਂ ਨੇ ਮੈਨੂੰ ਕਿਹਾ ਸੀ ਕਿ ਜਿਹੜੀ ਇਸ ਤੋਂ ਪਹਿਲਾਂ ਐਸਆਈਟੀ ਬਣੀ ਸੀ ਮੈਨੂੰ ਉਹਨਾਂ ਨੇ ਵੀ ਇੱਕ ਵਾਰੀ ਬੁਲਾਇਆ ਸੀ ਬਲਕਿ ਬੁਲਾ ਕੇ ਮੈਨੂੰ ਕਿਹਾ ਇਹ ਸੀ ਕਿ ਤੂੰ ਕਿਉਂ ਐਵੇਂ ਪੰਗੇ ਲੈ ਰਿਹਾ ਤੂੰ ਕਿਉਂ ਐਵੇਂ ਬੋਲ ਰਿਹਾ ਤੂੰ ਬੋਲਣਾ ਬੰਦ ਕਰ ਦੇ ਕਿਉਂਕਿ ਸੰ 2022 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆ ਜਾਣੀ ਆ ਤੇ ਫੇਰ ਤੇਰੀਆਂ ਮੁਸ਼ਕਲਾਂ ਵੱਧ ਜਾਣੀਆਂ ਬਲਕਿ ਐਸਆਈਟੀ ਵਜਾਏ ਇਨਵੈਸਟੀਗੇਸ਼ਨ ਕਰਨ ਦੇ ਤੇ ਇਸ ਤਰ੍ਹਾਂ ਦੇ ਕੰਮ ਕਰਦੇ ਸੀ ਸੋ ਇਸ ਵਾਰੀ ਇਹਨਾਂ ਨੂੰ ਬਤੌਰ ਗਵਾਹ ਬਣਾਇਆ ਗਿਆ ਸ਼ਾਮ ਦੇ 4 ਵਜੇ ਤੱਕ ਇਹ ਬੈਠੇ ਰਹੇ ਮੁਖਵਿੰਦਰ ਸਿੰਘ ਛੀਲਾ ਏਡੀਜੀਪੀ ਨੇ ਪਟਿਆਲਾ ਰੇਂਜ ਦੇ ਇਨਾਂ ਦੇ ਅਧੀਨੇ ਨਵੀਂ ਐਸਆਈਟੀ ਬਣੀ ਆ ਪੁੱਛਗਏ ਤੇ ਦੇ ਦੌਰਾਨ ਇਹਨੇ ਦੱਸਿਆ ਕਿ ਮੈਨੂੰ ਜੋ ਕੁਝ ਪਤਾ ਸੀ ਮੈਂ ਸਾਰਾ ਕੁਝ ਉਹਨਾਂ ਦੇ ਨਾਲ ਸਾਂਝਾ ਕੀਤਾ ਉਹਨਾਂ ਨੂੰ ਦੱਸਿਆ ਜੋ ਸਬੂਤ ਸੀ ਜੋ ਇਹਨਾਂ ਦੇ ਵਿੱਚ ਆਪਸ ਦੇ ਵਿੱਚ ਲਿੰਕਸ ਜੁੜਦੇ ਸੀ ਆਪਸ ਦੇ ਵਿੱਚ ਜਿਸ ਤਰ੍ਹਾਂ ਦੀਆਂ ਕੜੀਆਂ ਜੁੜਦੀਆਂ ਸੀ ਉਹ ਸਾਰਾ ਕੁਝ ਮੈਂ ਦੱਸਿਆ ਹੁਣ ਕੀ ਇਹ ਆਖਰੀ ਵਾਰੀ ਬੁਲਾਉਂਦੇ ਨੇ ਜਾਂ ਇਹਨਾਂ ਨੂੰ ਹੋਰ ਵੀ ਵਾਰੀ ਬੁਲਾਇਆ ਜਾਏਗਾ ਫਿਰ ਇਸ ਤੋਂ ਬਾਅਦ ਆਪਾਂ ਨੂੰ ਇਹ ਵੀ ਪਤਾ ਕਿ ਇਸ ਤੋਂ ਬਾਅਦ ਵਿਕਰਮ ਸਿੰਘ ਮਜੀਠੀਆ ਨੂੰ 18 ਦਸੰਬਰ ਨੂੰ ਬੁਲਾਇਆ ਗਿਆ ਕਿ ਜੋ ਇਹਨਾਂ ਨੇ ਦੱਸਿਆ ਯਾਨੀ ਕਿ ਅਮਰਪਾਲ ਸਿੰਘ ਬੋਨੀ ਨੇ ਉਹ ਨਾਲ ਮਿਲਿਆ ਜਾਊਗਾ ਜਾਂ ਇਹਦੇ ਕਾਊਂਟਰ ਕੁਐਸਚਨਸ ਬਿਕਮ ਸਿੰਘ ਮਜੀਠੀਆ ਨੂੰ ਵੀ ਹੋਣਗੇ ਇਹ ਸਾਰਾ ਕੁਝ ਆਊਗਾ 18 ਦਸੰਬਰ ਤੋਂ ਬਾਅਦ ਪਤਾ ਲੱਗੂਗਾ ਜੀਵਾਸੂ ਜੀ ਤੇ ਮਨਪ੍ਰੀਤ ਜੀ ਬਾਬਾ ਫਰੀਦ ਮੈਡੀਕਲ ਯੂਨੀਵਰਸਿਟੀ ਆ ਜਿਹੜੀ ਉਹਨਾਂ ਨੇ ਹੁਣ ਇੱਕ ਚੀਜ਼ ਕੰਪਲਸਰੀ ਕਰਤੀ ਆ ਵੀ ਜੇ ਤੁਸੀਂ ਪੈਰਾਮੈਡੀਕਲ ਜੌਬ ਲੈਣੀ ਆ ਪੰਜਾਬ ਦੇ ਵਿੱਚ ਤੁਹਾਡੇ ਘੱਟੋ ਘੱਟ 50% ਨੰਬਰ ਆਏ ਹੋਣੇ ਚਾਹੀਦੇ ਨੇ ਬਿਲਕੁਲ ਦੇਖੋ ਇਹਨਾਂ ਨੇ ਜਿਹੜੀ ਬਾਬਾ ਫਰੀਦ ਮੈਡੀਕਲ ਹੈਲਥ ਸਾਇੰਸਸ ਆ ਇਹ ਯੂਨੀਵਰਸਿਟੀ ਆ ਇਹਨਾਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਟੈਸਟ ਕੰਡਕਟ ਕਰਨਾ ਬਲਕਿ 17 ਦਸੰਬਰ ਨੂੰ ਹੀ ਕਰਨਾ ਉਸ ਟੈਸਟ ਦੇ ਵਿੱਚ ਇਹਨਾਂ ਨੇ ਪੈਰਾਮੈਡੀਕਲ ਸਟਾਫ ਰੱਖਣਾ ਉਹਦੇ ਵਿੱਚ ਨਰਸਿਸ ਆ ਉਹਦੇ ਵਿੱਚ ਜਿਹੜੇ ਲੈਬਾਰਟਰੀ ਅਸਿਸਟੈਂਟਸ ਨੇ ਸਟੈਨੋਗ੍ਰਾਫਰਸ ਨੇ ਜਾਂ ਹੋਰ तमाम ਤਰ੍ਹਾਂ ਦੇ ਇਵਨ ਕਿ ਜਿਹੜੇ ਐਨੇਸਥੀਸ਼ੀਆ ਲਈ ਅਸਿਸਟ ਕਰਦੇ ਨੇ ਇਹ ਸਾਰੇ ਤਰ੍ਹਾਂ ਦੇ ਟੈਕਨੀਸ਼ੀਅਨਸ ਉਹਨਾਂ ਨੇ ਰੱਖਣੇ ਨੇ 15000 ਦੇ ਕਰੀਬ ਇਹਦੇ ਵਿੱਚ ਕੈਂਡੀਡੇਟਸ ਅਪੀਅਰ ਹੋ ਰਹੇ ਨੇ ਹੁਣ ਇਹਨਾਂ ਲਈ ਇੱਕ ਗੱਲ ਕਹੀ ਹੈ ਕਿ ਜਿਹੜੇ ਵੀ ਇਹ ਇਸ ਪੈਰਾਮੈਡੀਕਲ ਸਟਾਫ ਦੇ ਜਾਂ ਪੈਰਾਮੈਡਿਕ ਸਟਾਫ ਦੇ ਵਿੱਚ ਆਉਣਗੇ ਜਾਂ ਨੌਕਰੀਆਂ ਪ੍ਰਾਪਤ ਕਰਨਾ ਚਾਹੁੰਦੇ ਆ ਉਹਨਾਂ ਲਈ ਪੰਜਾਬੀ ਦੇ ਵਿੱਚ ਪੰਜਾਬੀ ਮਜਬੂਨ ਦੇ ਵਿੱਚ ਘੱਟੋ-ਘੱਟ 50% ਦੀ ਨੰਬਰ ਉਹਨਾਂ ਨੂੰ ਲੈਣੇ ਕੰਪਲਸਰੀ ਹੋਣਗੇ ਉਹਨਾਂ ਲਈ ਜ਼ਰੂਰੀ ਹੋਣਗੇ ਤਦੇ ਅਸੀਂ ਉਹਨਾਂ ਨੂੰ ਅਗਲੇ ਟੈਸਟ ਲਈ ਬੁਲਾਵਾਂਗੇ ਸੋ ਇਹ ਜਿਹੜੀ ਪਹਿਲੀ ਕੰਡੀਸ਼ਨ ਉਹਨਾਂ ਰੱਖਤੀ ਕਿਉਂਕਿ ਉਹਨਾਂ ਨੇ ਉਹਨਾਂ ਦਾ ਮੰਨਣਾ ਕਿ ਤੁਸੀਂ ਆ ਕੇ ਲੋਕਾਂ ਦੇ ਨਾਲ ਇੰਟਰੈਕਸ਼ਨ ਕਰਨਾ ਪੰਜਾਬੀ ਭਾਸ਼ਾ ਦੇ ਵਿੱਚ ਇੰਟਰੈਕਸ਼ਨ ਕਰਨਾ ਉਹਦੇ ਵਿੱਚ ਲਿਖਣਾ ਤੁਹਾਡੀ ਕਮਿਊਨੀਕੇਸ਼ਨ ਹੋਣੀ ਆ ਜੇ ਤੁਸੀਂ ਇਹਦੇ ਵਿੱਚ ਸਹੀ ਨਹੀਂ ਹੋਵੋਗੇ ਤੇ ਸਾਡਾ ਜਿਹੜਾ ਕੰਮ ਆ ਉਹ ਸਫਲ ਕਰੇਗਾ ਸੋ ਇੱਕ ਤਰ੍ਹਾਂ ਪੰਜਾਬੀ ਨੂੰ ਜਾਂ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਇਹਦੇ ਵਿੱਚ ਤਰਜੀਹ ਦਿੱਤੀ ਗਈ ਆ ਬਾਕੀ ਦੂਸਰੀ ਗੱਲ ਇਹ ਵੀ ਆ ਵਾਸੂ ਜੀ ਜੇ ਕੋਈ ਬਾਹਰਲੇ ਵਿਅਕਤੀ ਵੀ ਪੰਜਾਬੀ ਸਿਕਰੀ ਟੈਸਟ ਦੇ ਦਿੰਦਾ ਤੇ ਉਹਦੇ ਵਿੱਚ ਵੀ ਕੋਈ ਗੱਲ ਨਹੀਂ ਆ ਜੀ ਵਾਸੂ ਜੀ ਮਨਪ੍ਰੀਤ ਜੀ ਗੁਰਪਤਵੰਨ ਸਿੰਘ ਪੰਨੂ ਨੂੰ ਕਤਲ ਕਰਨ ਦੀ ਸਾਜ਼ਿਸ਼ ਦੇ ਵਿੱਚ ਜੋ ਇੱਕ ਵਿਅਕਤੀ ਦਾ ਨਾਮ ਆਇਆ ਨਿਖਲ ਗੁਪਤਾ ਉਹ ਹੁਣ ਚੈੱਕ ਰਿਪਬਲਿਕ ਦੇ ਵਿੱਚ ਹਿਰਾਸਤ ਵਿੱਚ ਹੈ ਤੇ ਉਹਦੇ ਪਰਿਵਾਰ ਵੱਲੋਂ ਸੁਪਰੀਮ ਕੋਰਟ ਦੇ ਵਿੱਚ ਹੈਬੀਅਸ ਕੋਰਪਸ ਦੀ ਐਪਲੀਕੇਸ਼ਨ ਲਗਾਈ ਗਈ ਹੈ ਕਿ ਉਹਨੂੰ ਅਦਾਲਤ ਦੇ ਸਾਹਮਣੇ ਪੇਸ਼ ਕੀਤਾ ਜਾਵੇ ਅਦਾਲਤ ਦਾ ਕਹਿਣਾ ਕਿ ਚੈੱਕ ਦੀ ਅਦਾਲਤ ਦੇ ਵਿੱਚ ਜਾ ਕੇ ਕਹਿੰਦੇ ਉੱਥੇ ਅਰਜ਼ੀ ਲਗਾਓ ਬਿਲਕੁਲ ਠੀਕ ਹੈ ਇਹ ਜੋ ਕੁਝ ਇੱਥੇ ਰਹਿ ਕੇ ਨikhil Gupta ਦਾ ਪਰਿਵਾਰ ਜਾਂ ਉਹਨਾਂ ਦੇ ਫੈਮਿਲੀ ਮੈਂਬਰਸ ਕਰ ਸਕਦੇ ਸੀ ਉਹ ਸੁਪਰੀਮ ਕੋਰਟ ਤੱਕ ਹੀ ਪਹੁੰਚ ਕਰ ਸਕਦੇ ਸੀ ਹੁਣ ਇਹ ਚੈੱਕ ਰਿਪਬਲਿਕ ਦੇ ਵਿੱਚ ਜਾ ਕੇ ਕਿਸ ਤਰ੍ਹਾਂ ਅਰਜ਼ੀ ਲਾਉਣ ਜਾਂ ਉੱਥੇ ਤੱਕ ਕਿਸ ਤਰ੍ਹਾਂ ਪਹੁੰਚ ਕਰਨ ਇਹ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੂਗਾ ਔਰ ਮੁਸ਼ਕਿਲ ਵੀ ਹੈ मामला इतना सख्खा नहीं है मामला ये अंतरराष्ट्रीय पडरदा और तिन्ने मुल्का दी ਤੁਸੀਂ ਆਪਾ ਕਹਾਂਗੇ ਚੈਕਰ ਪਬਲਿਕ ਵੀ ਹੈ ਇੱਥੇ ਭਾਰਤ ਵੀ ਹੈ ਤੇ ਇੱਥੇ ਅਮਰੀਕਾ ਵੀ ਹੈ ਅਮਰੀਕਾ ਤੇ ਕਹਿਣ ਤੇ ਬਲਕਿ ਨikhil gupta ਨੂੰ ਉਥੋਂ ਉਹਦੀ ਐਕਸਟਰੈਡੀਸ਼ਨ ਹੋਏਗੀ ਜਾਂ ਉਹਨੂੰ ਉਥੇ ਲੈ ਕੇ ਜਾਇਆ ਗਿਆ ਹਵਾਲਗੀ ਹੋਏਗੀ ਚੈਕਰ ਪਬਲਿਕ ਤੋਂ ਕਿ ਵੀ ਜਿਹੜੀ ਗ੍ਰਿਫਤਾਰੀ ਵੀ ਹੋਈ ਆ ਉਹ ਵੀ ਯੂਐਸ ਦੇ ਕਹਿਣ ਤੇ ਹੋਈ ਹੈ ਯੂਐਸ ਨੇ ਚੈਕਰ ਪਬਲਿਕ ਦੀ ਪੁਲਿਸ ਨੂੰ ਉਥੋਂ ਦੀ ਅਥਾਰਟिटीज ਨੂੰ ਜਾਣਕਾਰੀ ਦਿੱਤੀ ਤੇ ਜਿਸ ਤਰ੍ਹਾਂ ਇਹ ਵਿਅਕਤੀ ਉੱਥੇ ਉਤਰਦਾ 에어ਪੋਰਟ ਤੇ ਇਹਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੁਣ ਉੱਥੋਂ ਦੀ ਜਿਹੜੀ ਕੋਰਸ ਨੇ ਚੈੱਕ ਰਿਪਬਲਿਕ ਦੀ ਆ ਉੱਥੇ ਇਹ ਮਾਮਲਾ ਉਲਝਿਆ ਹੋਇਆ ਜਿੱਦਾਂ ਹੀ ਉੱਥੋਂ ਕਿਸੇ ਤਰ੍ਹਾਂ ਦੀ ਕੋਈ ਕਲੈਰਿਟੀ ਆਉਂਦੀ ਹੈ ਜਾਂ ਕਲੀਅਰੈਂਸ ਮਿਲਦੀ ਹੈ ਤਾਂ ਹੀ ਨਿਕਲ ਗੁਪਤਾ ਨੂੰ ਅਮਰੀਕਾ ਦੇ ਵਿੱਚ ਲੈ ਕੇ ਜਾਏਗਾ ਇਸ ਦੌਰਾਨ ਆਪਾਂ ਨੂੰ ਇਹ ਵੀ ਪਤਾ ਕਿ ਇਹ ਲਗਾਤਾਰ ਮਾਮਲਾ ਚੱਲ ਰਿਹਾ ਮਾਮਲਾ ਇਹ ਚੱਲ ਰਿਹਾ ਕਿ ਇੱਥੇ ਅਮਰੀਕਾ ਚਾਹੁੰਦਾ ਕਿ ਗੁਰਪਤਮਨ ਸਿੰਘ ਪੰਨੂ ਦੇ ਮਾਮਲੇ ਦੇ ਵਿੱਚ ਭਾਰਤ ਪੂਰੀ ਤਰ੍ਹਾਂ ਸਹਿਯੋਗ ਕਰੇ ਅਰਤਤੀਸ਼ ਨੂੰ ਕਿਸੇ ਲੌਜੀਕਲ ਐਂਡ ਤੇ ਲੈ ਕੇ ਜਾਵੇ ਤੇ ਜਿਹੜੇ ਅਧਿਕਾਰੀ ਇਸ ਸਾਜ਼ਿਸ਼ ਦੇ ਵਿੱਚ ਇਸ ਵਿਉਂਤ ਦੇ ਵਿੱਚ ਇਸ ਯੋਜਨਾ ਦੇ ਵਿੱਚ ਸ਼ਾਮਿਲ ਸੀ ਉਸ ਨੂੰ ਮਾਰਨ ਜਾਂ ਕਤਲ ਕਰਨ ਦੇ ਵਿੱਚ ਅਮਰੀਕਾ ਦੀ ਧਰਤੀ ਤੇ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਹੁਣ ਇਹ ਸਾਰਾ ਮਾਮਲਾ ਇਸੇ ਕਰਕੇ FBI ਦੇ ਡਾਇਰੈਕਟਰ ਵੀ ਇੱਥੇ ਆਉਂਦੇ ਨੇ ਸਪੈਸ਼ਲੀ ਸਮਾਂ ਕੱਢ ਕੇ ਆਉਂਦੇ ਨੇ ਭਾਰਤ ਦੇ ਅਥਾਰਟੀਜ਼ ਨਾਲ ਗੱਲਬਾਤ ਕਰਦੇ ਨੇ ਸੋ ਮਾਮਲਾ ਇੰਨਾ ਸੌਖਾ ਨਹੀਂ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਤੁਸੀਂ ਅਰਜ਼ੀ ਲਾ ਦਿਓ ਐਬੀਸ ਕੋਰਪਸ ਫਾਈਲ ਕਰ ਦੋ ਐਬੀਸ ਕੋਰਪਸ ਦਾ ਤਾਂ ਫਾਈਲ ਕਰੀ ਦਿਆ ਜੇ ਕੋਈ ਬੰਦਾ ਲੱਭਦਾ ਹੀ ਨਾ ਹੋਵੇ ਜੇ ਕਿਤੇ ਗਵਾਚ ਗਿਆ ਹੋਵੇ ਜਾਂ ਇਹ ਖੱਚਾ ਹੋਵੇ ਸ਼ਾਇਦ ਕਿਤੇ ਉਹਦੀ ਜਾਣ ਨਾ ਚਲੀ ਗਈ ਹੋਵੇ ਇੱਥੇ ਤਾਂ ਸਾਰਾ ਕੁਝ ਔਨ ਪੇਪਰ ਆ ਸਾਰਾ ਕੁਝ ਸਾਰਿਆਂ ਨੂੰ ਪਤਾ ਹੈ ਜੀਵਾਸੂ ਜੀ ਤੇ ਮਨਪ੍ਰੀਤ ਜੀ ਫਰਾਂਸ ਦੇ ਜਿਹੜੇ ਰਾਜਦੂਤ ਨੇ ਭਾਰਤ ਵਿੱਚ ਉਹਨਾਂ ਵੱਲੋਂ ਨਾਰਾਜ਼ਗੀ ਪ੍ਰਗਟ ਕੀਤੀ ਜਾ ਰਹੀ ਹੈ ਕਹਿੰਦੇ ਰਫਾਲ ਡੀਲ ਮਾਮਲੇ ਦੇ ਵਿੱਚ ਜੋ ਜਾਨ ਚੱਲ ਰਹੀ ਹੈ ਉਹਦੇ ਵਿੱਚ ਭਾਰਤੀ ਅਧਿਕਾਰੀਆਂ ਵੱਲੋਂ ਅੜਿੱਕੇ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਪਹਿਲਾਂ ਕੈਨੇਡਾ ਨੇ ਇਹ ਆਪਾਂ ਨੂੰ ਪਤਾ ਹੀ ਹੈ ਕਿ ਕਿਸ ਤਰ੍ਹਾਂ ਹਰਦੀਪ ਸਿੰਘ ਨਿੱਜਰ ਦੇ ਕਤਲ ਨੂੰ ਲੈ ਕੇ ਭਾਰਤ ਤੋਂ ਸਹਿਯੋਗ ਮੰਗਿਆ ਭਾਰਤ ਕਹਿੰਦਾ ਨਹੀਂ ਸਾਡਾ ਤਾਂ ਕੋਈ ਹੈ ਹੀ ਨਹੀਂ ਸਾਡਾ ਹੱਥ ਹੀ ਨਹੀਂ ਹੈ ਫਿਰ ਅਮਰੀਕਾ ਨੇ ਕਿਹਾ ਕਿ ਤੁਸੀਂ ਪਲਾਨ ਬਣਾਇਆ ਇੱਕ ਯੋਜਨਾ ਬਣਾਈ ਹੈ ਗੁਰਪਤਵੰਤ ਸਿੰਘ ਪੰਨੂ ਨੂੰ ਤੇ ਹੁਣ ਫਰਾਂਸ ਦੇ ਸਰਕਾਰ ਨੇ ਕਿਹਾ ਉਹ ਤਾਂ ਦੋਨੇ ਚਲੋ ਕਤਲਾਂ ਦੇ ਮਾਮਲੇ ਸੀਗੇ ਇੱਕ ਕਤਲ ਹੋ ਗਿਆ ਸੀ ਤੇ ਇੱਕ ਕਤਲ ਹੋਣ ਵਾਲਾ ਸੀ ਇਹ ਮਾਮਲਾ ਹੈ ਭ੍ਰਿਸ਼ਟਾਚਾਰ ਦਾ ਰਫਾਲ ਦਾ ਲੜਾਕੂ ਵਿਮਾਨ ਦੇ ਲੜਾਕੂ ਜਹਾਜ਼ਾ ਦਾ ਜਿਹੜੇ ਜੈਟ 에ਅਰਕ੍ਰਾਫਟਸ ਨੇ ਫਾਈਟਰ 에ਅਰਕ੍ਰਾਫਟਸ ਨੇ ਜਿਨ੍ਹਾਂ ਦਾ ਸੌਦਾ ਭਾਰਤ ਨੇ ਫਰਾਂਸ ਦੇ ਨਾਲ ਕੀਤਾ ਤੇ ਉਸ ਦੀ ਜਾਂਚ ਚੱਲ ਰਹੀ ਸੀ ਕਿਉਂਕਿ ਇਸ ਸੌਦੇ ਦੇ ਵਿੱਚ ਕਈ ਤਰ੍ਹਾਂ ਦੇ ਇਲਜ਼ਾਮ ਲੱਗੇ ਸੀ ਭ੍ਰਿਸ਼ਟਾਚਾਰ ਨੂੰ ਲੈ ਕੇ ਕਮਿਸ਼ਨ ਨੂੰ ਲੈ ਕੇ ਭਾਰਤ ਸਰਕਾਰ ਨੇ ਤਾਂ ਕੋਈ ਜਾਂਚ ਇਹਦੇ ਵਿੱਚ ਆਰਡਰ ਕੀਤੀ ਨਹੀਂ ਪਰ ਫਰਾਂਸ ਦੀ ਸਰਕਾਰ ਨੇ ਜ਼ਰੂਰ ਕਰਤੀ ਸੀ ਦੋ ਜੱਜਸ ਉੱਥੋਂ ਦੇ ਜਾਂਚ ਕਰ ਰਹੇ ਸੀ ਤੇ ਜਿਹੜੇ ਭਾਰਤ ਦੇ ਵਿੱਚ ਇਨਵੈਸਟਰ ਸੀ ਇਮੈਨੂਅਲ ਲੈਨੇਲ ਇਮੈਨੂਅਲ ਲਨੇ ਨੇ ਸਹਿਯੋਗ ਮੰਗਿਆ ਸੀ ਪਰ 8 ਮਹੀਨੇ ਲਗਾਤਾਰ ਜਦੋਂ ਸਹਿਯੋਗ ਨਹੀਂ ਮਿਲਿਆ ਭਾਰਤ ਸਰਕਾਰ ਦੀਆਂ ਅਥਾਰਟੀਜ਼ ਨੇ ਅਫਸਰਾਂ ਨੇ ਉਲਝਾਈ ਰੱਖਿਆ ਤੇ ਜੁਲਾਈ ਦੇ ਮਹੀਨੇ ਦੇ ਵਿੱਚ ਲਗਭਗ 4 4.5 ਮਹੀਨੇ ਦੀ ਮੈਂ ਪਹਿਲਾਂ ਗੱਲ ਕਰ ਰਿਹਾ ਉਹਨਾਂ ਨੇ ਇੱਕ ਖਤ ਲਿਖਿਆ ਡਿਪਲੋਮੈਟਿਕ ਲੈਟਰ ਜਾਂ ਨੋਟ ਕਹ ਲਓ ਉਹਦੇ ਵਿੱਚ ਲਿਖਿਆ ਕਿ ਭਾਰਤ ਨੇ ਸਾਡਾ ਇਸ ਮਾਮਲੇ ਦੇ ਵਿੱਚ ਤਫ਼ਤੀਸ਼ ਦੇ ਵਿੱਚ ਸਹਿਯੋਗ ਕਰਨ ਤੋਂ ਲਗਭਗ ਮਨਾ ਕਰਤਾ ਜਾਂ ਸਟੋਨ ਵਾਲਿੰਗ ਕਰਤੀ ਬਿਲਕੁਲ ਬੰਦ ਹੀ ਕਰਤਾ ਕਿਸੇ ਤਰ੍ਹਾਂ ਦੀ ਕੋਈ ਕਮਿਊਨੀਕੇਸ਼ਨ ਨਹੀਂ ਆਈ ਸੋ ਇਸ ਨੋਟ ਨੂੰ ਵੈਸੇ ਮੈਂ ਇਹ ਵੀ ਦੱਸਦਾ ਜਿਹੜੇ ਲੈਨੇਨ ਨੇ ਉਹ ਅੱਜਕੱਲ੍ਹ ਭਾਰਤ ਚ ਨਹੀਂ ਐ ਬ੍ਰਾਜ਼ੀਲ ਚਲੇ ਗਏ ਨੇ ਉੱਥੋਂ ਦੇ ਮੈਸਟਰ ਬਣ ਗਏ ਨੇ ਪਰ ਜਾਂਦੇ ਜਾਂਦੇ ਉਹ ਇਹ ਨੋਟ ਜ਼ਰੂਰ ਲਿਖ ਕੇ ਰਹਿ ਹੁਣ ਕੀ ਜਿਹੜੇ ਇਮੈਨੂਅਲ ਮੈਕਰੋਂ ਉੱਥੋਂ ਦੇ ਪ੍ਰੈਜ਼ੀਡੈਂਟ ਨੇ ਮੌਜੂਦਾ ਜਾਂ ਇਹਨਾਂ ਦੇ ਪੁਰਾਣੇ ਜਿਹੜੇ ਪ੍ਰੈਜ਼ੀਡੈਂਟ ਸੀ ਪੌਂਸੂਆ ਓਲਾਮ ਕੀ ਉਹ ਇਸ ਮਾਮਲੇ ਦੇ ਵਿੱਚ ਦਖਲ ਦੇਣਗੇ ਕਿਉਂਕਿ ਜਿਹੜਾ ਮਾਮਲਾ ਉਹ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਨਾਲ ਵੀ ਜੁੜਿਆ ਕਿਉਂਕਿ ਇਹ ਜਿਹੜੀ ਡੀਲ ਹੋਈ ਸੀ ਇਹ ਡੀਲ ਹੋਈ ਸੀ ਸਿੱਧੀ ਭਾਰਤ ਦੇ ਪ੍ਰਧਾਨ ਮੰਤਰੀ ਨੇ ਆਪ ਫਰਾਂਸ ਜਾ ਕੇ ਪੈਰਿਸ ਜਾ ਕੇ ਇਹ ਡੀਲ ਕੀਤੀ ਸੀ ਸਰਕਾਰ ਪਹਿਲਾਂ ਕਾਂਗਰਸ ਦੀ ਸਰਕਾਰ ਨੇ ਇਹ ਡੀਲ ਕੀਤੀ ਸੀ 126 ਜਹਾਜ਼ਾਂ ਦੀ ਪਰ ਇਹ ਨਵੀਂ ਬੀਜੇਪੀ ਦੀ ਸਰਕਾਰ ਨੇ ਸੰ 2014 ਤੋਂ ਬਾਅਦ ਇਹਨੂੰ ਕੇਵਲ 36 ਜਹਾਜ਼ ਕਹਿੰਦੇ ਅਸੀਂ ਲੈ ਕੇ ਆਵਾਂਗੇ ਕੋਸਟ ਵੀ ਇਹਦੀ ਵਧ ਗਈ ਸੀ ਬਾਅਦ ਦੇ ਵਿੱਚ ਮਾਮਲਾ ਸੁਪਰੀਮ ਕੋਰਟ ਦੇ ਵਿੱਚ ਵੀ ਗਿਆ ਫਿਰ ਕਾਫੀ ਲੰਮਾ ਚੌੜਾ ਮਾਮਲਾ ਪਰ ਫਰਾਂਸ ਨੇ ਇੱਕ ਗੱਲ ਕਲੀਅਰ ਕਰਤੀ ਕਿ ਭਾਰਤ ਸਾਡਾ ਸਹਿਯੋਗ ਨਹੀਂ ਕਰ ਰਿਹਾ ਜੀ ਵਸ ਜੀ ਮਨਪ੍ਰੀਤ ਜੀ ਇਸ ਹਫਤੇ ਜੋ ਭਾਰਤੀ ਪਾਰਲੀਮੈਂਟ ਦੇ ਵਿੱਚ ਸਿਕਿਉਰਿਟੀ ਬ੍ਰੀਚ ਹੋਈ ਉਸ ਮਾਮਲੇ ਨੂੰ ਲੈ ਕੇ ਲੋਕ ਸਭਾ ਦੇ ਵਿੱਚ ਹੰਗਾਮਾ ਹੋਣਾ ਅਜੇ ਵੀ ਜਾਰੀ ਹੈ ਬਿਲਕੁਲ ਦੇਖੋ ਤੀਸਰਾ ਦੇਣਾ ਜਿੰਨੀਆਂ ਵਿਰੋਧੀ ਪਾਰਟੀਆਂ ਉਹਨਾਂ ਦੇ ਨੇਤਾ ਨੇ ਐਮਪੀਜ਼ ਨੇ ਸੰਸਦ ਨੇ ਉਹ ਚਾਹੁੰਦੇ ਕੀ ਹੈ ਉਹ ਇਹੀ ਚਾਹੁੰਦੇ ਆ ਕਿ ਇਸ ਤਰ੍ਹਾਂ ਦੀ ਬ੍ਰੀਚ ਨਾ ਹੋਵੇ ਜੋ ਉੱਥੇ ਸਿਕਿਉਰਿਟੀ ਦੀ ਕੋਤਾਈ ਹੋਈ ਆ ਉਲੰਘਣਾ ਹੋਈ ਆ ਚਾਹੇ ਕਿਸੇ ਵੀ ਲੈਵਲ ਤੇ ਹੋਈ ਆ ਚਾਹੇ ਉਹ ਅਪਰਾਧੀ ਸੀ ਨਹੀਂ ਸੀ ਕੱਲ ਨੂੰ ਵੱਡੀ ਵੀ ਹੋ ਸਕਦੀ ਹੈ ਉਹ ਲਗਾਤਾਰ ਭਾਰਤ ਦੇ ਗ੍ਰਹਿ ਮੰਤਰੀ ਅਮਿਤ ਸ਼ਾ ਤੋਂ ਸਟੇਟਮੈਂਟ ਦੀ ਮੰਗ ਕਰਦੇ ਆ ਪਰ ਇਹ ਜਿਹੜੇ ਗ੍ਰਹਿ ਮੰਤਰੀ ਆ ਇਹ ਆ ਕੇ ਸੰਸਦ ਦੇ ਵਿੱਚ ਸਟੇਟਮੈਂਟ ਨਹੀਂ ਦਿੰਦੇ ਇੱਕ ਟੀਵੀ ਨੂੰ ਇੰਟਰਵਿਊ ਦੇਣ ਚਲੇ ਜਾਂਦੇ ਆ ਉੱਥੇ ਜਾ ਕੇ ਸਾਰਾ ਕੁਝ ਖੁਲਾਸੇ ਕਰਦੇ ਆ ਜੀ ਦੇਖੋ ਅਸੀਂ ਆ ਕਰ ਰਿਹਾ ਇਸ ਗੱਲ ਦਾ ਵੀ ਉਹਨਾਂ ਨੂੰ ਇਤਰਾਜ਼ ਆਉਂਦਾ ਤੇ ਜੇ ਇਹੀ ਵਿਰੋਧੀ ਧਿਰਾਂ ਦੇ ਨੇਤਾ ਕਿਸੇ ਤਰ੍ਹਾਂ ਦਾ ਕੋਈ ਨਿਆ ਮੰਗਦੇ ਆ ਇਨਤਜ਼ਾਫ ਮੰਗਦੇ ਆ ਉਹਨਾਂ ਨੂੰ ਸਸਪੈਂਡ ਕਰ ਦਿੱਤਾ ਜਾਂਦਾ 13 ਐਮਪੀ ਲੋਕ ਸਭਾ ਦੇ ਸਸਪੈਂਡ ਕਰਤੇ ਇੱਕ ਰਾਜ ਸਭਾ ਤੋਂ ਸਸਪੈਂਡ ਕਰਤਾ ਤੇ ਫਿਰ اپੋਜੀਸ਼ਨ ਦਾ ਕੰਮ ਕੀ ਹੁੰਦਾ ਜੇ ਤੁਸੀਂ ਉਹਨਾਂ ਨੂੰ ਵਿਰੋਧ ਵੀ ਨਹੀਂ ਕਰਨ ਦੋਗੇ ਜਾਂ ਉਹਨਾਂ ਨੂੰ ਸਵਾਲ ਵੀ ਨਹੀਂ ਪੁੱਛਣ ਦੋਗੇ ਤੇ ਆਪਾਂ ਸੰਸਦ ਬਣਾਈ ਕਾਦੇ ਵਾਸਤੇ ਆ ਫਿਰ ਐਵੇਂ ਤੁਸੀਂ ਕਹੀ ਜਾਂਦੇ ਹੋ ਕਿ ਜਿਹੜੇ اپੋਜੀਸ਼ਨ ਦਾ ਰੋਲ ਬਹੁਤ ਵੱਡਾ ਹੁੰਦਾ ਬੜੀ ਮਹਾਨ ਹੁੰਦੀ ਹੈ اپੋਜੀਸ਼ਨ ਜੀワਸੂ ਜੀ ਤੇ ਮਨਪੀਰ ਜੀ ਇਸ ਮਾਮਲੇ ਦੇ ਵਿੱਚ ਜਿਹੜੇ ਪ੍ਰਦਰਸ਼ਨਕਾਰੀ ਔਰ ਵਿਊਅਰਸ ਗੈਲਰੀ ਦੇ ਵਿੱਚੋਂ ਛਲਾਂਗ ਲਗਾ ਕੇ ਫਲੋਰ ਤੇ ਆਏ ਉਹਨਾਂ ਵਿੱਚੋਂ ਇੱਕ ਪ੍ਰਦਰਸ਼ਨਕਾਰੀ ਲਲਿਤ ਝਾ ਇਹਨੂੰ ਬੀਜੇਪੀ ਵੱਲੋਂ ਤ੍ਰਿਨਮੂਲ ਕਾਂਗਰਸ ਨਾਲ ਜੋੜ ਕੇ ਦਿਖਾਇਆ ਜਾ ਰਿਹਾ ਹੈ ਕਿੰਨੇ ਸੰਬੰਧ ਨੇ ਆਪਸ ਦੇ ਵਿੱਚ ਬਿਲਕੁਲ ਤੁਸੀਂ ਇੱਕ ਚੀਜ਼ ਦੇਖੋ ਰਣਨਾਮੂਲ ਕਾਂਗਰਸ ਦੇ ਕੁਝ ਲੀਡਰਸ ਦੇ ਨਾਲ ਇਹਦੀਆਂ ਤਸਵੀਰਾਂ ਇਹਨੇ ਕਦੋਂ ਤਸਵੀਰਾਂ ਖਿਚਾਈਆਂ ਕਿਹੜੇ ਵੇਲੇ ਪਿੱਛੇ ਜਾ ਕੇ ਖੜਾ ਹੋ ਗਿਆ ਨਾਲ ਕਈ ਹਜ਼ਾਰਾਂ ਲੋਕ ਮਿਲਦੇ ਨੇ ਇਹਨਾਂ ਪੋਲੀਟਿਸ਼ੀਅਨਸ ਨੂੰ ਉਹਨਾਂ ਦੇ ਨਾਲ ਤਸਵੀਰਾਂ ਖਿਚਾਉਂਦੇ ਨੇ ਕਈ ਵਾਰੀ ਉਹਨਾਂ ਨੂੰ ਪਤਾ ਵੀ ਨਹੀਂ ਹੁੰਦਾ ਕਿ ਉਹਨਾਂ ਦੇ ਨਾਲ ਕੌਣ ਫੋਟੋ ਖਿੱਚ ਆ ਗਿਆ ਹੁਣ ਤੁਸੀਂ ਇੱਕ ਚੀਜ਼ ਦੇਖੋ ਇਹ ਚ ਕਮਾਲ ਦੀ ਕਿ ਜਿਹਦੇ ਨਾਲ ਫੋਟੋਆਂ ਆ ਗਈਆਂ ਉਹਨਾਂ ਨੂੰ ਤਾਂ ਫਟਾਫਟ ਇਹਨਾਂ ਨੇ ਜੋੜਤਾ ਕਿ ਦੇਖੋ ਜੀ ਰਣਨਾਮੂਲ ਕਾਂਗਰਸ ਦੇ ਨਾਲ ਇਹ ਲੰਨੀ ਤੇ ਜਾ ਦੀਆਂ ਫੋਟੋਆਂ ਨੇ ਇਹਨੂੰ ਗ੍ਰਿਫਤਾਰ ਵੀ ਵੈਸੇ ਕਰ ਲਿਆ ਤੇ ਜਿਹੜਾ ਇਹਨਾਂ ਦਾ ਆਪਣਾ ਐਮਪੀ ਬੀਜੇਪੀ ਦਾ ਐਮਪੀ ਪ੍ਰਤਾਪ ਸਿਮਾ ਜਿਹੜਾ ਇਹਨਾਂ ਨੂੰ ਪਾਸ ਜਾਰੀ ਕਰਦਾ ਉਹਦਾ ਕਿਤੇ ਜ਼ਿਕਰ ਹੀ ਨਹੀਂ ਹੈ ਤੁਸੀਂ ਆਪ ਜ਼ਿੰਮੇਵਾਰ ਹੋ ਇਹਨਾਂ ਨੂੰ ਪਾਸ ਜਾਰੀ ਕਰਨ ਦੇ ਤੁਸੀਂ ਵਾਸੂ ਜੀ ਜਿਹੜਾ ਇਮੇਜਿਨ ਕਰਕੇ ਦੇਖੋ ਕਿਤੇ ਇਹੀ ਜਿਹੜਾ ਐਮਪੀ ਕਿਤੇ ਕਾਂਗਰਸ ਦਾ ਹੁੰਦਾ ਤੇ ਨਾ ਕੋਈ ਕਾਂਗਰਸ ਦਾ ਹੁੰਦਾ ਸ਼ਿਫ ਤੇ ਇਹਨਾਂ ਦਾ ਹੁੰਦਾ ਜਨਤਾਦਲ ਦਾ ਹੁੰਦਾ ਯਾ ਸ਼੍ਰੋਮੀ ਖੰਨੀਦਲ ਦਾ ਕੋਈ ਵੀ ਹੁੰਦਾ ਜੇ ਉਹਨੇ ਪਾਸ ਜਾਰੀ ਕੀਤੇ ਹੁੰਦੇ ਤੇ ਅੱਜ ਉਹਦਾ ਕੀ ਹੈਸ਼ਰ ਹੋਣਾ ਸੀ ਇਸ ਤਰ੍ਹਾਂ ਦਾ ਇਹਨਾਂ ਨੇ ਨੈਰੇਟਿਵ ਖੜਾ ਕਰ ਦੇਣਾ ਸੀ ਉਹ ਆਪਾਂ ਨੂੰ ਪਤਾ ਹੀ ਹੈ ਸਾਰਿਆਂ ਨੂੰ ਜੀ ਬਾਸੂ ਜੀ ਮਨਪੀਰ ਜੀ ਆਪਾਂ ਨੂੰ ਸਮਾਂ ਹੋਰ ਇਜਾਜ਼ਤ ਨਹੀਂ ਦੇ ਰਿਹਾ ਇਹਨਾਂ ਸਾਰੀਆਂ ਖਬਰਾਂ ਲਈ ਇਸ ਐਨਾਲਿਸਿਸ ਲਈ ਤੁਹਾਡਾ ਬਹੁਤ ਧੰਨਵਾਦ ਜੀ ਹੈਵ ਅ ਵੈਰੀ ਨਾਈਸ ਵੀਕਐਂਡ ਆਪਣੀ ਗੱਲਬਾਤ ਹੁੰਨ ਸੋਮਵਾਰ ਨੂੰ ਹੋਏਗੀ ਬਹੁਤ ਬਹੁਤ ਧੰਨਵਾਦ ਤੁਹਾਡਾ ਬਾਸੂ ਜੀ ਐਂਡ ਯੂ ਟੂ ਹੈਵ ਅ ਨਾਈਸ ਵੀਕਐਂਡ ਜੀ ਮਿਹਰਬਾਨੀ ਜੀ